ਵਿੱਕੀ, ਘਰ ਕਿੰਨਾ ਸੋਹਣਾ ਲੱਗਣ ਡਿਆ ਪਿਆ ਨਾ। ਆਹੋ, ਘਰ ਤਾਂ ਸੋਹਣਾ ਲੱਗਣਾ ਹੀ ਆ। ਤੂੰ ਚੱਲ ਗਈ ਸੀ, ਕੰਮ ਥੋੜ੍ਹੀ ਰੁਕਣਾ ਸੀ, ਕੰਮ ਤਾਂ ਚੱਲਦਾ ਹੀ ਰਹਿਣਾ ਸੀ। ਚੱਲ ਆ, ਅੰਦਰੋਂ ਵੀ ਵਿਖਾਵਾਂ, ਅੰਦਰ ਵੀ ਬਥੇਰਾ ਕੰਮ ਹੋ ਗਿਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਡਿਆ ਕੰਮ ਚੱਲਣ? ਹਾਂਜੀ ਭਾਜੀ, ਲੱਗੇ ਕਰਨ ਦੇ ਕੰਮ। ਕਿੰਨੇ ਕੁ ਪੈ ਗਏ ਪੈਪ ਪਾਣੀ ਵਾਲੇ? ਪੈਪ ਪੈ ਗਏ ਭਾਜੀ, ਇੱਕ ਦੋ ਰਹਿ ਗਏ ਏਸੀ ਵਾਲੇ ਪੈਪ। ਮੁੰਡਾ ਰਿਹਾ ਉੱਥੇ ਝਰੀਆਂ ਝੁਰੀਆਂ ਮਾਰਨ, ਦਏ ਪੈਪ ਪਾਉਣ ਵਾਸਤੇ ਲੈਣ ਆਇਆ। ਚਲੋ ਪਾ ਦਿਓ, ਖਿੱਚ ਦਿਓ ਕੰਮ। ਹਾਂਜੀ, ਅਤੇ ਸਹੀ ਡਿਆ ਨਾ ਚੱਲਣਾ? ਹਾਂਜੀ ਹਾਂਜੀ, ਬਿਲਕੁਲ ਸਹੀ ਚੱਲਣ ਡਿਆ ਭਾਜੀ ਕੰਮ। ਮੈਂ ਸਿਰ 'ਤੇ ਨਹੀਂ ਹੈਗਾ ਇਹ ਨਾ ਹੋਵੇ। ਨਹੀਂ ਨਹੀਂ ਭਾਜੀ, ਪੈਪ ਪਾ ਜਾਓ। ਨਹੀਂ ਨਹੀਂ, ਤੁਸੀਂ ਸਗੋਂ ਸਿਰ 'ਤੇ ਨਹੀਂ ਹੁੰਦੇ, ਆਪਾਂ ਸਾਨੂੰ ਜ਼ਿਆਦਾ ਮਤਲਬ ਵੀ ਕੰਮ ਕਰਨਾ ਪੈਂਦਾ ਵਾ। ਚਲੋ ਵਧੀਆ, ਇਸੇ ਕਰਕੇ ਤਾਂ ਤੁਹਾਨੂੰ ਲਾਇਆ ਵਾ। ਹਾਂਜੀ ਹਾਂਜੀ, ਕੰਮ ਪੂਰਾ ਜ਼ਿੰਮੇਵਾਰੀ ਨਾਲ ਕਰਨਾ ਪੈਂਦਾ ਜਿੰਨਾ ਵੀ। ਚਲੋ ਕੋਈ ਨਹੀਂ, ਆਹ ਚੱਲੀਏ ਫਿਰ ਪ੍ਰੀਤ। ਕਰੋ ਕਰੋ ਕੰਮ, ਤਗੜੇ ਹੋ ਕੇ। ਵੇਖ ਲਾ, ਵਧੀਆ ਹੋਣ ਡਿਆ ਪਲਸਤਰ, ਜੇ ਕੋਈ ਕਮੀ ਪੇਸ਼ੀ ਹੈਗੀ ਆ ਦੱਸ ਦੇ। ਨਹੀਂ ਨਹੀਂ, ਬਹੁਤ ਸੋਹਣਾ। ਕਹਿ ਦਈਏ ਆਪਣੇ ਮਿਸਤਰੀ ਸਾਹਿਬ ਨੂੰ। ਨਹੀਂ ਨਹੀਂ, ਬਹੁਤ ਸੋਹਣਾ ਹੋਣਿਆ। ਕਿੰਨੀ ਸਫਾਈ ਹੈ ਨਾ? ਆਹੋ, ਕੰਮ ਤਾਂ ਬੜੀ ਸਫਾਈ ਦਾ ਕਰਦੇ ਆ। ਚੱਲ ਆ ਜਾ, ਉੱਪਰ ਚੱਲਦੇ ਆ। ਆਪਣੇ ਘਰ ਆ ਕੇ ਵੇਖ ਲਾ, ਸਕੂਨ ਮਿਲਦਾ ਕਿ ਨਹੀਂ? ਇਹ ਤਾਂ ਗੱਲ ਹੈ। ਜਿੰਨਾ ਚਿਰ ਮਰਜ਼ੀ ਘਰੋਂ ਬਾਹਰ ਰਹਿ ਲਈਏ। ਲੈ, ਇੱਧਰ ਤਰਾਹ ਬੰਦ ਕੀਤਾ ਹੈ, ਟੈਲਾ ਡੇ ਨਾ ਲਾਉਣ ਤਾਂ ਕਰਕੇ। ਅੱਛਾ ਅੱਛਾ, ਚਲੋ ਕੋਈ ਗੱਲ ਨਹੀਂ। ਚੱਲ ਕੋਈ ਨਹੀਂ, ਬਾਅਦ 'ਚ ਵੇਖ ਲਈ ਫਿਰ ਉੱਪਰ ਜਾ ਕੇ। ਚੱਲ ਆ, ਬਣਾ ਚਾਹ ਪਾਣੀ ਪੀਏ ਨਾਲੇ। ਕੱਪੜੇ ਖਰਾਬ ਹੋ ਜਾਣੇ ਇਹਦੇ, ਮਾਸਾ ਵੱਧ ਲਾ ਦੇ ਕੋਈ ਗੱਲ ਨੀ। ਰਹਿਣ ਦੋ ਵੀ। ਲੈ ਰਹਿਣ ਕਿਉਂ ਦੋ ਹੈ, ਲਾ ਦੇ ਕੋਈ ਗੱਲ ਨੀ। ਚਾਚੀ ਆ ਤੇਰੀ, ਫਿਰ ਕੀ ਆ, ਇਹਨੇ ਕਿਹੜਾ ਗੁੱਸਾ ਕਰਨਾ। ਰੰਗ ਹੈ ਨੀ ਤੇਰਾ ਕਾਮਯਾਬ ਦਾ, ਲਾਇਆ ਰੰਗ ਚੜਨ ਨੀ ਗਿਆ। ਚੱਲ ਜਾ ਖੇਡ ਲੈ ਇਹਦੇ ਨਾਲ, ਦੁਬਾਰਾ ਤੇਰੀ ਚਾਚੀ ਨਾਲ ਮਿਲੀ ਹੋ ਜਾਂਦੀ ਗੁੱਸੇ ਦੇ ਵਿੱਚ। ਹੈ, ਅਜੇ ਵੀ ਨਹੀਂ ਹਟਦੇ, ਵੇਖ ਲਓ ਫਿਰ ਤੁਸੀਂ। ਨਿੱਕੀ, ਤੁਸੀਂ ਇੱਥੇ ਬੈਠੋ, ਅੱਜ ਮੈਂ ਤੁਹਾਨੂੰ ਨਾ ਆਪਣੇ ਹੱਥ ਦੀ ਵਧੀਆ ਜੀ ਕੜਕਨਾਥ ਜੀ ਚਾਹ ਬਣਾ ਕੇ ਪਿਆਲਦੀ ਆ। ਚਾਹ ਰਹਿਣ ਦੇ, ਜੂਸ ਪਿਆ ਫ੍ਰਿਜ ਵਿੱਚ, ਜੂਸ ਪੀਨੇ ਆ। ਉਹ ਜੂਸ ਰਹਿਣ ਦੋ, ਮੈਂ ਕਿਹੜੀ ਪਰਾਉਣੀ ਆਈ ਆ। ਦੱਸ, ਤੂੰ ਪਰਾਉਣੇ ਨਾਲੋਂ ਘੱਟ ਵਾ, ਡੇਢ ਸਾਲ ਬਾਅਦ ਆਈ ਆ, ਤੂੰ ਅੱਜ ਪਰਾਉਣੀ ਆ। ਵਿੱਕੀ ਵੇਖ ਲਓ ਫਿਰ, ਤੁਸੀਂ ਮੈਨੂੰ ਹਰ ਵਾਰੀ ਇੱਦਾਂ ਮਜ਼ਾਕ ਕਰਦੇ ਰਹਿੰਦੇ, ਸਤਾਉਂਦੇ ਰਹਿੰਦੇ ਹੋ, ਬਸ ਵੀ ਕਰੋ। ਹਾਂ, ਇਹ 'ਚ ਮਜ਼ਾਕ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ। ਹੋ ਗਈ ਹੈ ਨਾ ਗਲਤੀ, ਹੁਣ ਮੈਂ ਮਾਫ਼ੀ ਵੀ ਤਾਂ ਮੰਗਣ ਹੀ ਰਹੀ ਹਾਂ। ਠੀਕ ਆ ਬਾਬਾ, ਮੈਂ ਮਾਫ਼ ਕਰ ਦਿੱਤਾ ਆ, ਮੈਂ ਤਾਂ ਕਹਿਣ ਡਿਆ ਕਿ ਤੈਨੂੰ ਮਾਫ਼ ਨਹੀਂ ਕੀਤਾ। ਨਾਲੇ ਮੇਰੀ ਗੱਲ ਸੁਣੋ, ਮੇਰੇ ਕੋਲ ਨਾ ਸੂਟ ਨਹੀਂ ਹੈਗੇ, ਮੈਨੂੰ ਸੋਹਣੇ ਸੋਹਣੇ ਦੋ ਸੂਟ ਬਣਾ ਦਿਓ। ਹਾਂ, ਉਹ ਸੂਟ ਮੈਂ ਤਾਂ ਬਣਾ ਦੂੰਗਾ, ਪਰ ਤੈਨੂੰ ਨਾ ਮੇਰੇ ਸੂਟ ਬਣਾਏ ਪਸੰਦ ਨਹੀਂ ਆਉਂਦੇ, ਆਪਣੀ ਮੰਮੀ ਦੇ ਸੂਟ ਬਣਾਏ ਪਸੰਦ ਆਉਂਦੇ ਆ। ਦੱਸ, ਉਦਾਂ ਕਹੋ ਹਾਂ ਕਿ ਮੈਂ ਨਹੀਂ ਬਣਾ ਕੇ ਦੇਣੇ। ਮੈਂ ਕਦੋਂ ਮਨਾ ਕੀਤਾ, ਮੈਂ ਤਾਂ ਕਿਹਾ ਮੈਂ ਬਣਾ ਦਿੰਦਾ, ਪਰ ਮੇਰੇ ਸੂਟ ਬਣਾਏ ਪਸੰਦ ਨਹੀਂ ਨਾ ਆਉਂਦੇ ਤੈਨੂੰ। ਨਹੀਂ ਨਹੀਂ ਵਿੱਕੀ, ਅੱਜ ਤੋਂ ਬਾਅਦ ਨਾ ਮੈਂ ਤਾਂ ਤੁਹਾਡੀ ਪਸੰਦ ਦੇ ਸੂਟ ਪਾਉਂਗੀ। ਚੱਲ ਤਾਂ ਵੀ ਚੰਗਾ, ਇਹ ਦੱਸ ਕਿੰਨੇ ਬਣਾਉਣੇ ਆ? ਕੋਈ ਨਹੀਂ, ਬਸ ਸਿਰਫ ਇੱਕ ਹੀ ਸੂਟ ਬਣਾਉਣਾ, ਜ਼ਿਆਦਾ ਨਹੀਂ ਬਣਾਉਣੇ। ਭਾਵੇਂ 10 ਬਣਾ ਲਾ, ਤੇਰੇ ਨਾਲੋਂ ਸੂਟ ਥੋੜ੍ਹਾ ਚੰਗੇ ਆ। ਹਾਏ ਵਿੱਕੀ,
ਤੁਸੀਂ ਕਿੰਨੇ ਚੰਗੇ ਆ ਨਾ। ਮੈਂ ਤਾਂ ਸ਼ੁਰੂ ਤੋਂ ਚੰਗਾ ਵਾਂ, ਬਸ ਤੇਰੇ ਵੇਖਣ ਦਾ ਨਜ਼ਰੀਆ ਹੀ ਹੋਰ ਸੀ। ਚੱਲ ਜੂਸ ਪੀ ਲਾ, ਠੰਡਾ ਹੋਣ ਡਿਆ ਜੋ। ਪ੍ਰੀਤੀ, ਮੇਰਾ ਤਾਂ ਇਰਾਦਾ ਵਾ ਅੱਜ ਜਾ ਕੇ ਨਾ ਇੱਕ ਦੋ ਕੰਮ ਜਿਹੜੇ ਹੈਗੇ ਕੱਢ ਆਵਾਂ ਮੈਂ ਉੱਥੇ। ਮੈਨੂੰ ਡੀਕਦਾ ਹੀ ਨਾ ਹੁਣ ਮੇਰੇ ਗਾਹਕ ਕਿ ਪਤਾ ਨਹੀਂ ਕਿੱਥੇ ਚੱਲ ਗਈ, ਆਈ ਨਹੀਂ। ਇਹ ਮੈਡਮ ਜੀ ਕਿੱਥੋਂ ਆਏ ਨੇ? ਇਹ ਮੈਡਮ ਜੀ ਘੁੰਮ ਫਿਰ ਕੇ ਆਏ ਨੇ। ਚੁੱਚੂ ਕੀਤਾ ਆ? ਚੱਲ ਕੋਈ ਗੱਲ ਨਹੀਂ, ਕਰੀ ਪ੍ਰੀਤ ਪਜਾਮੀ ਚੇਂਜ ਦੀ। ਭਾਬੀ ਕੀਤਾ ਉਹਨਾਂ ਨੂੰ ਕਵਲ ਉਹਨਾਂ ਨੂੰ ਫੋਨ, ਕਿੱਦਾਂ ਠੀਕ ਠਾਕ ਹੁਣ? ਮੈਂ ਤੇ ਫੋਨ ਲਾਇਆ ਸੀ ਤੇ ਉਹਨਾਂ ਨੇ ਚੁੱਕਿਆ ਨਹੀਂ, ਫਿਰ ਮੈਂ ਦੁਬਾਰਾ ਕੀਤਾ ਨਹੀਂ। ਮੈਂ ਕਿਹਾ ਸ਼ਾਇਦ ਸੁੱਤੇ ਸੱਤੇ ਹੋਣਗੇ, ਕਿਉਂਕਿ ਰਾਤ ਵੀ ਤਾਂ ਤੁਹਾਨੂੰ ਪਤਾ ਹੀ ਆ ਜਾਗਣਾ ਪੈਂਦਾ ਹੁੰਦਾ ਲਾਗੇ, ਹਸਪਤਾਲਾਂ 'ਚ ਕਿਹੜੀ ਨੀਂਦ ਆਉਂਦੀ ਆ। ਮੈਂ ਸੋਚਣ ਡਿਆ ਸੀ ਵੀ ਮੈਂ ਇੱਕ ਵਾਰੀ ਹੋਵਾਂ। ਜਾਣਾ ਤੁਸੀਂ? ਆਹੋ, ਮੈਂ ਕਿਹਾ ਚੱਲ ਹੋ ਹੀ ਆਵਾਂ ਇੱਕ ਵਾਰੀ, ਉਹਨੇ ਕਹਿਣਾ ਬਾਅਦ 'ਚ ਫੇਰ ਨਹੀਂ ਮਾਰਿਆ ਇਹਨਾਂ ਨੇ। ਕਰ ਲਓ ਫੋਨ, ਪੁੱਛ ਲਓ ਫਿਰ ਜੇ ਕੁਛ ਚੀਜ਼ ਚਾਹੀਦੀ ਹੋਏਗੀ ਤਾਂ ਆਪੇ ਦੱਸ ਦੇਣਗੇ। ਚੱਲ ਇਹ ਵੀ ਹੈਗਾ, ਫੋਨ ਕਰਕੇ ਜਾਣ ਨੂੰ ਤਾਂ ਭਾਜੀ ਉੱਦਾਂ ਮੇਰਾ ਜੀ ਕਰਦਾ ਵਾ ਕਿ ਉੱਥੇ ਜਾ ਕੇ ਮੈਂ ਰਵਾਂ, ਪਰ ਫਿਰ ਇੱਥੇ ਘਰ ਦਾ ਵੀ ਨਹੀਂ ਸਰਦਾ। ਦੂਜੀ ਗੱਲ, ਮੰਮੀ ਨੂੰ ਚੁੱਕਣਾ ਚੱਕਣਾ ਵੀ ਮੇਰੇ ਵਾਸਤੇ ਔਖਾ ਹੀ ਆ। ਤੁਸੀਂ ਫਿਕਰ ਕਿਉਂ ਕਰਦੇ ਜੇ, ਬਹੁਤ ਵਧੀਆ ਹੋਸਪਿਟਲ ਆ ਉਹ, ਨਾਲੇ ਤੁਹਾਨੂੰ ਦੱਸਿਆ ਤਾਂ ਹੈਗਾ ਸੀ ਮੇਰੀ ਜਾਣ ਪਛਾਣ ਹੈਗੀ ਆ ਉੱਥੇ, ਉੱਥੇ ਸਵੀਪਰਾਂ ਹੈਗੀਆਂ, ਉਹਨਾਂ ਨੇ ਬਹੁਤ ਵਧੀਆ ਦੇਖਭਾਲ ਕਰਨੀ ਆ। ਤੁਸੀਂ ਇਸ ਚੀਜ਼ ਦੀ ਨਾ ਟੈਨਸ਼ਨ ਲਓ, ਉੱਦਾਂ ਚਾਹੀਦੇ ਮੰਮੀ ਲਾ ਕੇ ਚਲੋ ਤੁਸੀਂ ਜੇ, ਪਰ ਉਹ ਨਰਸਾਂ ਕਹਿੰਦੀਆਂ ਕੋਈ ਗੱਲ ਨਹੀਂ ਤੁਸੀਂ ਨਾ। ਹਾਂ, ਉੱਦਾਂ ਤਾਂ ਕਵਲ ਦੱਸਦੇ ਸੀਗੇ ਕਿ ਮੈਂ ਲਾਗੇ ਭਾਵੇਂ ਰਹਿਣ ਡਿਆ ਵਾਂ ਪਰ ਮੈਨੂੰ ਕੰਮ ਕੋਈ ਨਹੀਂ ਕਰਨਾ ਪੈਂਦਾ, ਸਾਰੇ ਕੰਮ ਉਹ ਆਪ ਕਰਦੀਆਂ, ਇੱਥੋਂ ਤੱਕ ਕਿ ਦਵਾਈ ਵੀ ਉਹ ਆਪ ਖਵਾਲਦੀਆਂ ਟਾਈਮ ਦੇ ਨਾਲ, ਇੰਨਾ ਧਿਆਨ ਰੱਖਦੀਆਂ ਵਾਂ ਨਰਸਾਂ। ਹੈਲੋ। ਹਾਂਜੀ, ਕਿੱਦਾਂ ਮੰਮੀ ਹੁਣ ਠੀਕ ਨੇ? ਠੀਕ ਆ ਹੁਣ, ਫਰਕ ਆ ਗਿਆ ਨਾਲ। ਅੱਛਾ, ਅਤੇ ਉਹ ਕਿੱਦਾਂ, ਛੁੱਟੀ ਛੱਟੀ ਦਾ ਕੁਛ ਦੱਸਿਆ ਕਿ ਜਾਂ ਫਿਰ ਹਜੇ ਐਡਮਿਟ ਰੱਖਣਾ? ਨਹੀਂ, ਛੁੱਟੀ ਦਾ ਹਜੇ ਤਾਂ ਕੁਝ ਨਹੀਂ ਦੱਸਿਆ। ਠੀਕ ਆ, ਮੈਂ ਕਿਹਾ ਚੱਲ ਮੈਂ ਆਉਣਾ ਸੀ ਅਤੇ ਮੈਂ ਫੋਨ ਲਾ ਕੇ ਪੁੱਛ ਲੈਂਦਾ ਹਾਂ, ਅਤੇ ਚਾਹੀਦਾ ਕੋਈ ਸਮਾਨ ਸਮੂਨ ਲੈ ਆਵਾਂ। ਅੱਛਾ, ਇੱਕ ਕੰਮ ਕਰਿਓ ਫਿਰ, ਆਉਂਦੇ ਆਉਂਦੇ ਨਾ ਮੇਰੇ ਇੱਕ ਦੋ ਕੱਪੜੇ ਲੈ ਆਇਓ ਯਾਰ, ਦੋ ਤਿੰਨ ਦਿਨ ਤੋਂ ਉਹ ਇੱਕੋ ਹੀ ਪਾਏ ਆ। ਹਾਂ ਹਾਂ ਹਾਂ, ਆਹ ਲੈ ਆਇਓ ਨਾ ਉਹ ਯਾਰ, ਤੌਲੀਆ ਜ਼ਰੂਰ ਲੈ ਕੇ ਆਉਣਾ, ਨਹਾਉਣਾ ਵਾ ਬੋ ਆਉਣ ਡਈ। ਮੰਮੀ ਦੇ ਵੀ ਲੈ ਆਇਓ ਕੱਪੜੇ। ਹਾਂ ਮੈਂ ਲੈ ਆਊਂਗਾ, ਕੋਈ ਗੱਲ ਨਹੀਂ। ਚੱਲ ਠੀਕ ਆ, ਮੰਮੀ ਦੇ ਕੱਪੜੇ ਲੈ ਆਊਂਗਾ, ਨਾਲੇ ਰੋਟੀ ਲੈ ਕੇ ਆਇਓ ਯਾਰ, ਘਰ ਦੀ ਰੋਟੀ ਖਾਧਿਆ ਨੂੰ ਕਿੰਨੇ ਦਿਨ ਹੋ ਗਏ ਆ। ਚੱਲ ਠੀਕ ਆ, ਕਹਿੰਦਾ ਮੈਂ ਇਹਨਾਂ ਨੂੰ। ਹਾਂ ਹਾਂ, ਬਸ ਇਹਨਾਂ ਚੀਜ਼ਾਂ ਦੀ ਲੋੜ ਆ, ਹੋਰ ਤਾਂ ਕੁਛ ਨਹੀਂ ਚਾਹੀਦਾ। ਚਲੋ ਠੀਕ ਆ, ਚੰਗਾ। ਮੰਮੀ, ਮੈਂ ਫਿਰ ਐਨਕ ਲੈ ਕੇ ਆਉਣਾ ਹੈ। ਹਾਂ ਕੀ ਆਂਦੇ, ਠੀਕ ਆ ਮੰਮੀ? ਕਹਿੰਦੇ ਮੰਮੀ ਤਾਂ ਠੀਕ ਵਾ, ਅੱਗੇ ਨਾਲੋਂ ਫਰਕ ਆ। ਹਾਂਜੀ, ਤੇ ਅਜੇ ਨਹੀਂ ਕਹਿੰਦੇ ਛੁੱਟੀ ਮਿਲਣੀ, ਤੇ ਤੁਸੀਂ ਇੱਦਾਂ ਕਰਿਓ ਵੀ ਕਵਲ ਦੇ ਕੱਪੜੇ ਦੇ ਦਿਓ ਅਤੇ ਮੰਮੀ ਦਾ ਵੀ ਇੱਕ ਅੱਧਾ ਸੂਟ ਦੇ ਦਿਓ, ਅਤੇ ਨਾਲੇ ਕਹਿਣ ਡਿਆ ਵੀ ਰੋਟੀ ਘਰ ਦੀ ਲੈ ਗਿਆ, ਮੇਰਾ ਨਹੀਂ ਜੀ ਕਰਦਾ ਇੱਥੇ ਰੋਟੀ ਖਾਣ ਨੂੰ। ਚਲੋ ਕੋਈ ਨਹੀਂ, ਅਸੀਂ ਹੁਣੇ ਤਿਆਰ ਕਰ ਦਿੰਦੇ ਹਾਂ ਨਾ ਪ੍ਰੀਤ। ਕੋਈ ਨਹੀਂ, ਮੈਂ ਰੋਟੀ ਨਹੀਂ ਬਣਾ ਦਿੰਦੀ। ਹੋਰ ਤੁਸੀਂ ਕੱਪੜੇ ਤਿਆਰ ਕਰ ਲਓ ਅਤੇ ਮੈਂ ਰੋਟੀ ਬਣਾ ਲੈਂਦੀ। ਨਹੀਂ ਚਲੋ, ਮੈਂ ਵੀ ਰੋਟੀ ਵੀ ਨਾਲ ਬਣਾ ਲਈ ਨਹੀਂ, ਕੱਪੜਿਆਂ ਦਾ ਤਿਆਰ ਕੀ ਕਰਨਾ, ਕੱਪੜੇ ਤਾਂ ਝੱਟ ਕੱਢ ਦੇਣੇ ਆ, ਆਪਾਂ ਪਹਿਲਾਂ ਹੱਥ ਹੱਥੀ ਰੋਟੀ ਬਣਾ ਲਈਏ। ਮਸਲਾ ਕੀ ਕਰਨਾ ਕਰਿਓ, ਮੰਮੀ ਠੀਕ ਆ ਅੱਗੇ ਨਾਲੋਂ। ਠੀਕ ਆ, ਪੁੱਛ ਲੈਣਾ ਸੀ ਜੇ ਮੰਮੀ ਵਾਸਤੇ ਕੁਛ ਚਾਹੀਦਾ ਹੋਵੇ, ਖਿਚੜੀ ਦਾਲ ਕੁਛ ਇਹੋ ਜਿਹੀ। ਨਹੀਂ 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 ਨਹੀਂ, ਮੰਮੀ ਵਾਸਤੇ ਕੁਛ ਨਹੀਂ ਚਾਹੀਦਾ, ਉਹ ਡਾਕਟਰਾਂ ਨੇ ਜੋ ਕਹਿਣਾ ਆ ਉਹ ਹੀ ਮੰਮੀ ਨੂੰ ਖਵਾਉਣਾ ਪਿਆਉਣਾ ਆ। ਠੀਕ ਆ, ਚੱਲ ਆ ਚੱਲੀਏ ਆਪਾਂ ਫਿਰ ਮਿਹਰ।
ਆ ਜਾਓ ਜਾਣਾ ਨਾਲ ਨਾਨੀ ਮੰਮਾ ਨੂੰ ਮਿਲਣ ਨਾਨੀ ਨੂੰ ਮਿਲਣ ਜਾਣਾ ਆ ਚਲੋ ਫਿਰ ਚੱਲੀਏ ਆਪਾਂ ਹੈ ਚਲੋ ਐਨਕਾਂ ਲਾ ਲਓ ਚਸ਼ਮਾ ਲਾ ਲਓ ਆਪਣਾ ਇਹਨੂੰ ਲਾ ਲਓ ਨਾ ਫਿਰ ਚਲੋ ਗੁੱਡ ਮੇਰੀ ਗੱਲ ਸੁਣੋ ਮੈਂ ਨਾ ਟਿਫਿਨ 'ਚ ਸਬਜ਼ੀ ਪਾਤੀ ਹੈ ਅਤੇ ਸਿੱਧਾ ਸਿੱਧਾ ਇਹਨੂੰ ਗੱਡੀ 'ਚ ਰੱਖਿਓ ਇਹ ਨਾ ਹੋਵੇ ਕਿ ਤੁਸੀਂ ਇਹਦੇ ਵੱਲ ਧਿਆਨ ਨਾ ਦਿਓ ਅਤੇ ਰਾਹ 'ਚ ਦਾਲ ਡੁੱਲੀ ਹੋਵੇ ਮੈਂ ਗੱਡੀ 'ਚ ਲਾਊਂਗਾ ਕਿ ਦਸ ਟਿਫਿਨ ਨਾਲ ਧਿਆਨ ਦਊਂਗਾ ਪੁੱਠਾ ਨਾ ਜਾਂਦੇ ਕਹਿੰਦੇ ਸਿੱਧਾ ਸਿੱਧਾ ਰੱਖਿਓ ਥੋੜ੍ਹੇ ਜਿਹੇ ਧਿਆਨ ਦੇ ਨਾਲ ਚੰਗਾ ਬਾਬਾ ਆ ਕਹਿਣ ਡੀ ਆ ਮੈਂ ਨਾਨੀ ਨੂੰ ਵੇਖਣ ਜਾਣਾ ਹੈ ਮਿਲਣ ਜਾਣਾ ਹੈ ਚਲੋ ਠੀਕ ਹੈ ਕੋਈ ਗੱਲ ਨੀ ਇਹਦੇ ਕੱਪੜੇ ਕਿੰਨੇ ਵੇਖਣੇ ਆ ਬਾਏ ਬਾਏ ਕਰਦੇ ਮੰਮਾ ਨੂੰ ਬਾਏ ਬਾਏ ਮਾਮੀ ਨੂੰ ਵੀ ਕਰਦੇ ਪ੍ਰੀਤੀ ਉੱਦਾਂ ਮੈਂ ਤਾਂ ਸੋਚਿਆ ਸੀ ਵੀ ਵਿੱਕੀ ਭਾਅ ਜੀ ਨਾਲ ਲੈ ਕੇ ਮੈਂ ਤੇ ਤੂੰ ਜਾਂਦੀ ਹਾਂ ਜਿੱਥੇ ਆਪਾਂ ਰਹਿੰਦੇ ਸੀ ਉੱਥੇ ਹੁਣ ਕੀ ਕਰਨ ਜਾਣਾ ਉੱਥੇ ਨਾ ਥੋੜ੍ਹਾ ਜਿਹਾ ਕੰਮ ਸੀ ਮੇਰਾ ਪਿਆ ਜਿਹੜੇ ਗਾਹਕਾਂ ਦੇ ਮੈਂ ਕੱਪੜੇ ਫੜੇ ਸੀ ਨਾ ਕਟਿੰਗ ਕਰਕੇ ਰੱਖੀ ਆ ਸੀਨ ਵਾਲੇ ਆ ਮੇਰਾ ਇਰਾਦਾ ਸੀ ਉਹ ਮੈਂ ਇੱਥੇ ਲੈ ਆਉਂਦੀ ਅਤੇ ਸੀ ਕੇ ਅਤੇ ਫਿਰ ਅਸੀਂ ਜਾ ਕੇ ਅਤੇ ਪਹੁੰਚਾ ਦੇਣੇ ਸੀ ਉੱਥੇ ਦੇ ਦੇਣੇ ਸੀ ਜਿਹਦੇ ਜਿਹਦੇ ਹੈਗੇ ਆ ਮੈਂ ਕਿਹਾ ਇੱਦਾਂ ਗਾਹਕ ਵੀ ਖਰਾਬ ਹੋਣਗੇ ਹੁਣ ਉੱਦਾਂ ਦੀਦੀ ਨੇ ਕਹਿ ਦੇਣਾ ਉਹਨਾਂ ਨੂੰ ਵੀ ਉਹ ਇੱਥੇ ਨਹੀਂ ਆ ਪਤਾ ਨਹੀਂ ਮੈਂ ਉਹਨੂੰ ਕਹਿ ਕੇ ਆਈ ਕਿ ਅਸੀਂ ਅਗਲੇ ਦਿਨ ਆ ਜਾਵਾਂਗੇ ਅਤੇ ਸਾਨੂੰ ਤਾਂ ਹੁਣ 2-3 ਦਿਨ ਹੋ ਗਏ ਆਇਆਂ ਨੂੰ ਫਿਰ ਤੈਨੂੰ ਪਤਾ ਹੀ ਆ ਵੀ ਲੋਕ ਝੱਟ ਗੱਲਾਂ ਬੈਠ ਪੈਂਦੇ ਬਣਾਉਣ ਕਿ ਪਤਾ ਨਹੀਂ ਇਹਨੇ ਮੋੜਨੇ ਆ ਕਿ ਨਹੀਂ ਮੋੜਨੇ ਇਹ ਤਾਂ ਗੱਲ ਹੈਗੀ ਆ ਅਤੇ ਪਰ ਜੇ ਤੁਹਾਡੇ ਮਨ 'ਚ ਸੀ ਤਾਂ ਤੁਸੀਂ ਗੱਲ ਕਰ ਲੈਂਦੇ ਹੁਣ ਵਿੱਕੀ ਗਏ ਸੀ ਅਤੇ ਨਾਲ ਹੀ ਚੱਲ ਜਾਣਾ ਸੀ ਆਪਾਂ ਨਹੀਂ ਨਾ ਵਿੱਕੀ ਦਾ ਰੂਟ ਹੋਰ ਵਾ ਅਤੇ ਆਪਾਂ ਜਾਣਾ ਸੀ ਹੋਰ ਬੰਨੇ ਨੂੰ ਐਵੇਂ ਫਿਰ ਅਸੀਂ ਇਹਨਾਂ ਨੂੰ ਖੇਚਲ ਪਾਉਣੀ ਸੀ ਨਾਲੇ ਭਾਅ ਜੀ ਨੇ ਫੋਨ ਲਾਇਆ ਜਦੋਂ ਮੰਮੀ ਬਾਰੇ ਪੁੱਛਿਆ ਨਾ ਅਤੇ ਕਵਲ ਨੇ ਜਦੋਂ ਸਮਾਨ ਮੰਗਿਆ ਤਾਂ ਮੇਰਾ ਜੀ ਨਹੀਂ ਕੀਤਾ ਵੀ ਸਾਨੂੰ ਇੱਧਰ ਨੂੰ ਛੱਡ ਆਓ ਮੈਨੂੰ ਇਹ ਸੀ ਚੱਲ ਛੇਤੀ ਛੇਤੀ ਜਾਣ ਵਿਚਾਰੇ ਰੋਟੀ ਉਡੀਕਦੇ ਸੀ ਨਾਲੇ ਕੱਪੜੇ ਉਡੀਕਦੇ ਸੀ ਇਹ ਤਾਂ ਗੱਲ ਹੈ ਹਾਂ ਫਿਰ ਹੁਣ ਕਿੱਦਾਂ ਹੋਊਗਾ ਬੱਸੇ ਚੱਲੀਏ ਨਹੀਂ ਫਿਰ ਆਪਾਂ ਦੱਸਾਂ ਕੀ ਕਰੀਏ ਵਿੱਕੀ ਨੂੰ ਆਲਾਂ ਦਿਓ ਫਿਰ ਉਹਨਾਂ ਨੂੰ ਨਾਲ ਲੈ ਕੇ ਨਾ ਅਤੇ ਫਿਰ ਉੱਧਰ ਦਾ ਕੰਮ ਕੱਢਾਂਗੇ ਕਿੱਥੇ ਬੱਸਾਂ ਦੇ ਵਿੱਚ ਧੱਕੇ ਖਾਂਦੀਆਂ ਫਿਰਾਂਗੀਆਂ ਮੈਂ ਤਾਂ ਬੜੇ ਅੱਗੇ ਧੱਕੇ ਖਾਧੇ ਮੈਨੂੰ ਪੁੱਛ ਕੇ ਵੇਖੋ ਕਿਹੜੇ ਭਾਅ ਵੇਖਦੀ ਹੈ ਚੱਲ ਤੇਰੀ ਇਹ ਵੀ ਗੱਲ ਸਹੀ ਆ ਜਿਹੜਾ ਕੰਮ ਸਾਡਾ 2 ਘੰਟੇ ਦੇ ਵਿੱਚ ਹੋਣਾ ਉਹਦਾ ਸਾਰਾ ਦਿਨ ਲੱਗ ਜਾਣਾ ਸਾਡਾ ਸ਼ਾਮਾਂ ਨੂੰ ਫਿਰ ਚੱਲ ਜਾਵਾਂਗੇ ਹੋਰ ਕੀ ਚੱਲ ਠੀਕ ਆ ਫਿਰ ਇੱਦਾਂ ਹੀ ਕਰਦੇ ਹਾਂ ਉੱਦਾਂ ਤੁਸੀਂ ਉਹਨਾਂ ਨੂੰ ਫੋਨ ਕਰ ਛੱਡਿਓ ਨਾ ਕਿ ਆਪਾਂ ਆਉਣਾ ਵਾ ਹਾਂ ਠੀਕ ਆ ਉਹ ਜਿਹੜੀ ਮਕਾਨ ਮਾਲਕਿਨ ਆ ਨਾ ਉਹਨੂੰ ਕਿਰਾਇਆ ਵੀ ਦੇਣਾ ਆ ਕੋਈ ਗੱਲ ਹੀ ਨਹੀਂ ਹਾਂ ਚੱਲ ਠੀਕ ਆ ਮੈਂ ਇਹਨਾਂ ਨੂੰ ਫੋਨ ਕਰਕੇ ਤੇਰੀ ਗੱਲ ਨੂੰ ਕਹਿ ਦਿੰਦੀ ਹਾਂ ਕਹਿ ਦਿਓ ਮੰਮੀ ਤੇਰੀ ਤਾਂ ਘੋੜੇ ਵੇਚ ਕੇ ਸੁੱਤੀ ਆ ਹੈ ਤਾਂ ਹੀ ਨਹੀਂ ਪਤਾ ਲੱਗਾ ਹਾਏ ਤੁਸੀਂ ਆ ਗਏ ਹਾਂਜੀ ਆ ਗਏ ਉਹ ਕਿੱਦਾਂ ਮੰਮੀ ਠੀਕ ਆ ਆਹੋ ਮੰਮੀ ਠੀਕ ਆ ਪਾਣੀ ਲਵਾਂ ਪਾਣੀ
ਚੱਲ ਲੈ ਆ ਆ ਕੱਪੜੇ ਆ ਮੰਮੀ ਦੇ ਤੇ ਕਵਲ ਦੇ। ਅੱਛਾ ਫਰਕ ਅੱਗੇ ਨਾਲੋਂ ਮੰਮੀ ਨਾਲ? ਆਹੋ ਬੜਾ ਫਰਕ ਆ ਅੱਗੇ ਨਾਲੋਂ। ਚੱਲ ਬੈਠੋ ਮੈਂ ਪਾਣੀ ਲਿਆਵਾਂ ਫਿਰ। ਮੇਹਰ ਆਈਓ ਆਪਾਂ ਨੂੰ ਨਹੀਂ ਦੇਣਾ? ਨਹੀਂ ਮਿਲਿਆ ਸੀ ਨਾਨੀ ਮੰਮਾ ਨੂੰ? ਠੀਕ ਆ ਚਾਹ ਬਣਾ ਹੁਣ ਬਣਾ ਦੇ। ਵਿੱਕੀ ਇਹਨੂੰ ਤੇ ਤੁਸੀਂ ਲੈ ਗਏ ਨਾ, ਸਾਹਿਬ ਬੜਾ ਰੋਇਆ, ਇਹਨੂੰ ਲੱਭਦਾ ਰਿਹਾ ਵਿਚਾਰੇ ਨੂੰ। ਤੁਹਾਨੂੰ ਵੀ ਨਾਲ ਕਲਾ ਦੇਣਾ, ਕਿੱਥੇ ਆ ਹੁਣ? ਹੁਣ ਤੇ ਉਹ ਸੁੱਤਾ ਵਾ। ਅੱਛਾ ਭਾਬੀ ਨਾਲ ਲੰਮੇ ਪਏ ਉਹਦੇ ਤੇ ਉਹ ਭਾਬੀ ਮੈਨੂੰ ਕਹਿਣ ਡੇ ਸੀ ਕਿ ਜਿੱਥੇ ਆਪਾਂ ਰਹਿੰਦੇ ਹਾਂ ਉੱਥੇ ਮੈਨੂੰ ਜਾਣਾ ਪੈਣਾ ਇੱਕ ਵਾਰੀ, ਕਿ ਜੋ ਵੀ ਹਿਸਾਬ ਕਿਤਾਬ ਕਰਨਾ ਪੈਣਾ ਵਾ। ਕੋਈ ਨਹੀਂ ਚੱਲ ਜਾਂਦੇ। ਮੈਨੂੰ ਕਹਿੰਦੇ ਬੱਸੇ ਚੱਲੀਏ, ਮੈਂ ਕਿਹਾ ਕਿੱਥੇ ਬੱਸੇ ਜਾਵਾਂਗੇ, ਆ ਹੀ ਜਾਣਾ ਵਿੱਕੀ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲ ਜਾਵਾਂਗੇ। ਆਹੋ ਬੱਸਾਂ ਦੇ ਵਿੱਚ ਕਿੱਥੇ ਖੱਜਲ ਖਰਾਬ ਹੋਣਾ ਵਾ, ਚਲੋ ਚੱਲਦੇ ਫਿਰ। ਮੈਂ ਚਾਹ ਬਣਾ ਦਿੰਦੀ ਹਾਂ ਤੇ ਫਿਰ ਉਹਨੇ ਚਲੋ ਆਪੇ ਉੱਠ ਜਾਂਦੇ ਆ। ਹੈਂ ਚੱਲ ਠੀਕ ਆ। ਸੰਦੀਪ ਮੈਂ ਤੁਹਾਡੇ ਸਿਸਟਰ? ਨਹੀਂ ਦੀਦੀ। ਹਾਂਜੀ ਇਹ ਮੇਰੀ ਨਣਾਨ ਆ। ਅੱਛਾ 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 ਹਾਂਜੀ ਠੀਕ ਹੈ। ਵਿੱਕੀ ਉਹ ਨਿਆਣੇ ਬਾਹਰ ਚੱਲ ਚੱਲੇ ਫੜਿਓ। ਹੋਰ ਸਭ ਠੀਕ ਹੈ? ਹਾਂਜੀ ਮੰਮੀ ਠੀਕ ਆ ਹੁਣ। ਅੱਛਾ ਹਾਂ ਤੇ ਦੀਦੀ ਮੈਂ ਆਪਣਾ ਹਿਸਾਬ ਕਿਤਾਬ ਕਲੀਅਰ ਕਰ ਲਈਏ, ਤੁਸੀਂ ਮੈਨੂੰ ਦੱਸ ਦਿਓ। ਕਲੀਅਰ ਮਤਲਬ? ਬਕਾਇਆ ਕਿੰਨਾ ਕੁ ਆਪਣਾ? ਨਹੀਂ ਮਤਲਬ ਹੁਣ ਤੁਸੀਂ ਜਾਣਾ? ਹਾਂਜੀ ਹੁਣ ਅਸੀਂ ਪੱਕੇ ਜਾਣਾ ਆ। ਅੱਛਾ ਹਾਂਜੀ ਬਾਕੀ ਸਭ ਠੀਕ ਹੈ ਨਾ ਘਰ ਹੁਣ? ਹਾਂਜੀ ਹੁਣ ਤੇ ਸਾਰਾ ਕੁਝ ਠੀਕ ਹੋ ਗਿਆ। ਚਲੋ ਵਧੀਆ ਵਧੀਆ, ਮੇਰਾ ਤੇ ਦਿਲ ਹੀ ਨਹੀਂ ਲੱਗਣਾ ਤੇਰੇ ਬਿਨਾਂ। ਮੈਂ ਕਿੱਦਾਂ ਰਹਿਣਾ ਬਾਬਾ, ਤੇਰੇ ਨਾਲ ਸ਼ਾਮ ਦੀ ਚਾਹ ਪੀ ਲਈ ਦੀ ਆ। ਦਿਲ ਤੇ ਮੇਰਾ ਵੀ ਬੜਾ ਲੱਗਾ ਸੀ ਇੱਥੇ, ਨਾਲੇ ਕੰਮ ਚੱਲਦਾ ਸੀ। ਅੱਛਾ ਪਰ ਚਲੋ ਹੁਣ ਸਾਰੀਆਂ ਜਿਹੜੀਆਂ ਗਲਤ ਫਹਿਮੀਆਂ ਸੀ ਉਹ ਸਭ ਕਲੀਅਰ ਹੋ ਗਈਆਂ। ਚਲੋ ਵਧੀਆ। ਹਾਂਜੀ ਤੇ ਮੰਮੀ ਜ਼ਿਆਦਾ ਹੀ ਠੀਕ ਨਹੀਂ ਸੀ, ਉਹਨਾਂ ਦਾ ਟ੍ਰੀਟਮੈਂਟ ਚੱਲਦਾ ਪਿਆ ਵਾ, ਬਿਲਕੁਲ ਹੋਸਪਿਟਲ ਐਡਮਿਟ ਆ। ਤੇ ਮੈਂ ਸੋਚਿਆ ਚੱਲ ਆਪਣਾ ਫਿਰ ਸਮਾਨ ਸਮੂਨ ਜਿਹੜਾ ਇੱਥੋਂ ਲੈ ਜਾਂਦੀ ਹਾਂ, ਨਾਲੇ ਕੱਪੜੇ ਦੱਸ ਜਾਂਦੀ ਹਾਂ ਤੁਹਾਨੂੰ, ਜਿਹੜੇ ਸੀਤੇ ਆ ਉਹ ਦੇ ਦਿਓ ਤੇ ਜਿਹੜੇ ਮੈਂ ਸੀ ਕੇ ਭੇਜਾਂਗੀ ਨਾ ਉਹ ਵੀ ਦੇ ਦਿਓ। ਠੀਕ ਆ? ਠੀਕ ਆ। ਇੰਨਾ ਕੁ ਮੇਰਾ ਕੰਮ ਕਰ ਦਿਓ ਭੈਣ ਬਣ ਕੇ। ਉਹ ਕੋਈ ਗੱਲ ਨਹੀਂ, ਪਰ ਮੈਂ ਰਹਿਣਾ ਕਿੱਦਾਂ ਤੇਰੇ ਬਿਨਾਂ? ਮਿਲਦੀ ਗਿਲਦੀ ਰਹੀ ਫਿਰ? ਠੀਕ ਆ, ਆਉਂਦੀ ਜਾਂਦੀ ਰਹੀ, ਆਉਂਦੀ ਜਾਂਦੀ ਰਹਾਂਗੀ, ਫਿਕਰ ਨਾ ਕਰੋ। ਹਾਂ ਦੋਨੋਂ ਜੀ ਆਇਓ, ਕਾਕੇ ਨੂੰ ਲੈ ਕੇ ਆਇਓ। ਠੀਕ ਹੈ? ਹਾਂਜੀ ਤੇ ਬਾਕੀ ਚਲੋ ਹੁਣ ਮੰਮੀ ਨੂੰ ਲੋੜ ਹੈ ਤੁਹਾਡੀ ਤੇ ਨਾਲ ਤੇ ਰਹਿਣਾ ਹੀ ਪੈਣਾ ਤੁਹਾਨੂੰ। ਇਹ ਤਾਂ ਹੈ ਦੀਦੀ, ਸਾਰੇ ਗਿਲੇ ਸ਼ਿਕਵੇ ਖਤਮ ਕਰਕੇ ਇਕੱਠੇ ਰਹੋ ਸਾਰੇ ਜਾਣੇ। ਹਾਂਜੀ ਤੁਸੀਂ ਵੀ ਆਇਆ ਕਰਿਓ ਨਾ। ਆਵਾਂਗੇ ਜ਼ਰੂਰ, ਰਿਸ਼ਤਾ ਤੇ ਆਪਣਾ ਹੁਣ ਭੈਣਾਂ ਵਰਗਾ ਬਣਿਆ ਹੀ। ਹਾਂਜੀ ਹਾਂਜੀ ਜ਼ਰੂਰ। ਭਾਜੀ ਆ ਦੋਵੇਂ ਬੈਗ ਜਿਹੜੇ ਨਾ ਤੁਸੀਂ ਗੱਡੀ 'ਚ ਛੱਡ ਆਓ। ਠੀਕ ਆ। ਕੁਝ ਸਾਡੇ ਕੱਪੜੇ ਆ ਤੇ ਕੁਝ ਸੀਣ ਵਾਲੇ ਕੱਪੜੇ ਆ। ਚੱਲ ਕੋਈ ਗੱਲ ਨਹੀਂ, ਸੀਂ ਕੇ ਤੇ ਮੁੜ ਕੇ ਇੱਥੇ ਘਲਾ ਦਾਂਗੇ ਨਾ ਦੀਦੀ ਦੇ ਹੱਥ ਆਪੇ ਮੁੜ ਕੇ। ਨਹੀਂ ਨਹੀਂ ਰਹਿਣ ਦੇ। ਮਸ਼ੀਨ ਦਾ ਕਿੱਦਾਂ ਕਰੀਏ? ਮਸ਼ੀਨ ਲੈ ਜਾਈਏ ਗੱਡੀ ਚੜਾ ਕੇ ਕੇ ਜਾਣ, ਜਦੋਂ ਕਵਲ ਆਉਣਗੇ ਉਹ ਲੈ ਜਾਣਗੇ। ਵੇਖ ਲਓ ਭਾਬੀ ਜੀ ਜਿੱਦਾਂ ਤੁਹਾਡਾ ਮਨ ਕਰਦਾ ਵਾ। ਮੈਂ ਆਉਂਦੀ ਹਾਂ, ਘਰੇ ਵੀ ਤਾਂ ਉੱਦਾਂ ਮਸ਼ੀਨ ਹੈਗੀ ਆ, ਉਹਨੂੰ ਸੈੱਟ ਕਰਕੇ ਅਤੇ ਉਹਦੇ 'ਤੇ ਕੰਮ ਚਲਾ ਲੂੰਗੀ। ਇਹਨੂੰ ਹਲੇ ਰਹਿਣ ਦੀ, ਐਵੇਂ ਗੱਡੀ ਦੇ ਵਿੱਚ ਖੜ ਕੇ ਅਤੇ ਗੱਡੀਆਂ ਦੀਆਂ ਸੀਟਾਂ ਖਰਾਬ ਹੋਣਗੀਆਂ। ਚਲੋ ਇੱਦਾਂ ਕਰ ਲਿਓ ਫਿਰ, ਨਾਲੇ ਕਵਲ ਨੇ ਜਦੋਂ ਆਉਣਗੇ ਨਾ ਤਾਂ ਆਹ ਸਾਰਾ ਸਮਾਨ ਲੈ ਜਾਣਗੇ, ਟੇਬਲ ਟੂਬਲ ਸਭ ਕੁਛ ਇੱਕ ਹੀ ਲੈ ਕੇ ਨਾ ਕੋਈ ਗੱਡੀ।
ਵੱਡੀ ਜਿਹੜੀ ਹੁੰਦੀ ਆ 7 ਠੀਕ ਜੇ ਹਾਂ ਠੀਕ ਆ ਫਰਕ ਬੜਾ ਪਿਆ ਚਲੋ ਦਾਦੀ ਮੰਮਾ ਆ ਗਏ ਸੀ ਚਲੋ ਮੰਜੀ ਆ ਅੰਦਰ ਹੈਗੀ ਹੈਗੀ ਆ ਹਾਂਜੀ ਮੈਂ ਚਲੋ ਵਿਛਾਓ ਫਿਰ ਮੰਮੀ ਕੁਰਸੀ ਲੈ ਨਾ ਨਹੀਂ ਮੇਰੇ ਕਿੱਥੇ ਆ ਮੇਰੇ ਚਸ਼ਨ ਕਰ ਰਿਹਾ ਇਹ ਉੱਧਰ ਬੜੀ ਰਹਿੰਦੀ ਆ ਤੇ ਉਹ ਹੁਣ ਚਸ਼ਨ ਛੱਡਦੀ ਨਹੀਂ ਹੈਗੀ ਵੀ ਬੱਲਾ ਬੱਲਾ ਨਿੱਕੀ ਨਿੱਕੀਆਂ ਕਰਦੀ ਰਹਿੰਦੀ ਮੰਮੀ ਦੀ ਨੂੰਹ ਨੇ ਹੁਣ ਸੇਵਾ ਪੂਰੀ ਕਰਨੀ ਆ ਕੇ ਪਾਣੀ ਘੁੱਟ ਪਿਆ ਸ਼ੁਕਰ ਆ ਰੱਬ ਦਾ ਮੰਮੀ ਜੀ ਤੁਹਾਨੂੰ ਮੋੜਾ ਪੈ ਗਿਆ ਤੁਹਾਨੂੰ ਏਦਾਂ ਆਉਂਦਿਆਂ ਨੂੰ ਵੇਖ ਕੇ ਨਾ ਬੜੀ ਖੁਸ਼ੀ ਹੋਈ ਆ ਮਨ ਨੂੰ ਕਿਹੜੇ ਹਾਲਾਤਾਂ 'ਚ ਤੁਸੀਂ ਗਏ ਸੀ ਅਤੇ ਉਹਦੇ ਨਾਲੋਂ ਕਈ ਗੁਣਾ ਹੁਣ ਠੀਕ ਜੇ ਮੰਮੀ ਆਪਣੇ ਘਰ ਆਈ ਆ ਮੈਨੂੰ ਵੀ ਬੜਾ ਹੀ ਵਧੀਆ ਲੱਗਿਆ ਹੁਣ ਤੁਸੀਂ ਦਿਨਾਂ 'ਚ ਹੀ ਠੀਕ ਹੋ ਜਾਣਾ ਠੀਕ ਆ ਉੱਧਰ ਮੇਰੀ ਜੀ ਏਜੰਟ ਆਈ ਆ ਉੱਧਰੋਂ ਮੈਂ ਹੋਸਪਿਟਲ ਚੱਲ ਗਈ ਹਾਂ ਚਲੋ ਦੁੱਖ ਦਾ ਮੰਮੀ ਜ਼ਿੰਦਗੀ ਦਾ ਹਿੱਸਾ ਵਾ
ਮੈਂ ਤਾਂ ਉੱਥੇ ਬੈੱਡ 'ਤੇ ਪਈ ਵੀ ਨਾ ਮਹਾਰਾਜ ਅੱਗੇ ਅਰਦਾਸਾਂ ਕਰਦੀ ਹਾਂ। ਮਹਾਰਾਜ ਸੱਚਿਆ ਪਾਤਸ਼ਾਹ, ਜੇ ਮੇਰੀ ਹੁਣ ਜੀਆ ਜੰਤ ਇਕੱਠੀ ਹੋਈ ਆ ਨਾ ਤਾਂ ਮਹਾਰਾਜ ਮੈਨੂੰ ਵੀ ਹੁਣ ਥੋੜ੍ਹੀ ਬਹੁਤੀ ਉਮਰ ਦੇ ਦੀ, ਮੈਂ ਵੀ ਆਪਣੇ ਪੋਤੇ ਨੂੰ ਦੋ ਧੀ ਨੂੰ ਖੜਾ ਸਕਾਂ। ਚਲੋ ਵਧੀਆ ਕੀਤਾ ਰੱਬ ਨੇ ਅਰਦਾਸ ਸੁਣ ਲਈ ਆ। ਹਾਂ ਮਹਾਰਾਜ ਨੇ ਸੁਣ ਲਈ ਆ। ਮੈਂ ਵੀ ਬੜੇ ਪਾਠ ਕੀਤੇ ਆ ਕਿ ਬਾਬਾ ਹੁਣ ਸਾਰੇ ਜੀ ਇਕੱਠੇ ਹੋਏ ਆ, ਹੁਣ ਕਿਤੇ ਸਾਡੀ ਮਾਂ ਨੂੰ ਨਾ ਕਿਤੇ ਸਾਡੇ ਕੋਲ ਖੋਲੀ, ਸਾਡੀ ਮਾਂ ਤੰਦਰੁਸਤ ਹੋ ਕੇ ਘਰ ਆਉਣ। ਮਹਾਰਾਜ ਸੱਚੇ ਚੱਲ ਪ੍ਰੀਤ, ਇਹ ਤਾਂ ਜ਼ਿੰਦਗੀ ਦਾ ਹਿੱਸਾ ਨੇ ਦੁੱਖ ਸੁੱਖ ਦੇ, ਪਰ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰਨਾ ਚਾਹੀਦਾ। ਜੇ ਅਸੀਂ ਇਕੱਠੇ ਰਵਾਂਗੇ ਨਾ ਤਾਂ ਸਿਹਤਮੰਦ ਵੀ ਰਵਾਂਗੇ, ਇਹੋ ਹੀ ਤੰਦਰੁਸਤੀ ਹੁੰਦੀ ਹੈ। ਵੀਰ ਜੀ ਆਹ ਗੱਲ ਤੁਸੀਂ ਸਹੀ ਕਹੀ ਜੇ, ਸੱਚੀ ਗੱਲ ਆ। ਮਗਰੋਂ ਦੱਸਾਂ ਕੀ ਸੀ, ਮੰਮੀ ਨੇ ਮੰਜੇ 'ਤੇ ਪੈ ਰਹਿਣਾ ਅਤੇ ਮੈਂ ਹਰ ਵੇਲੇ ਸੋਚਾਂ ਸੋਚਦੀ ਰਹਿਣਾ, ਅਤੇ ਜਿੱਦਾਂ ਨਾ ਸੁਭਾਅ ਚਿੜਚਿੜਾ ਜਿਹੜੀ ਹੋ ਜਾਂਦਾ ਇਕੱਲੇ ਰਹਿੰਦੀ ਰਹਿੰਦੀ ਹੁੰਦੀ, ਅਤੇ ਹੁਣ ਸਾਰੇ ਜੀ ਇਕੱਠੇ ਹੋਏ ਨਾ, ਹੁਣ ਤਾਂ ਪਤਾ ਹੀ ਨਹੀਂ ਲੱਗਣ ਡਿਆ ਟਾਈਮ ਕਿੱਥੇ ਲੰਘ ਜਾਣ ਡਿਆ। ਚਲੋ ਠੀਕ ਆ, ਹੁਣ ਬੜੀਆਂ ਗੱਲਾਂ ਹੋ ਗਈਆਂ, ਛੱਡੋ। ਪਹਿਲਾਂ ਮੈਨੂੰ ਇਹ ਦੱਸੋ, ਤੁਸੀਂ ਨਾ ਲਓ ਅਤੇ ਮੰਮੀ ਤੁਸੀਂ ਇਹ ਦੱਸੋ, ਤੁਹਾਨੂੰ ਡਾਕਟਰ ਨੇ ਕੀ ਦੱਸਿਆ? ਮੈਂ ਤੁਹਾਡੇ ਲਈ ਉਹੀ ਖਾਣਾ ਬਣਾਉਣਾ। ਭਾਈਆ ਕਿੱਥੇ ਰਹਿ ਗਿਆ ਵਾ? ਮੈਨੂੰ ਲੱਗਦਾ ਵਾਸ਼ਰੂਮ ਚੱਲ ਗਏ ਆ। ਦਲੀਆ ਮਾਸਾ ਕੁ ਬਣਾ ਦੀ ਅੱਜ, ਠੀਕ ਆ। ਅਤੇ ਕੋਈ ਲੂਣ ਵਾਲੀ ਚੀਜ਼ ਨੂੰ ਜੀ ਕਰਦਾ ਵਾ, ਮਾਸਾ ਕੁ ਤਰੀ ਛੋਲਿਆਂ 'ਚ ਪੀ ਲਾਂਗੇ। ਠੀਕ ਆ ਕੋਈ। ਮੰਮੀ ਜੀ ਵਿੱਕੀ ਨੇ ਸਾਰੇ ਕੱਪੜੇ ਉੱਥੇ ਰੱਖਤੇ ਜੇ ਟੋਕਰੀ ਦੇ ਵਿੱਚ, ਉਹ ਫਿਰ ਹੋਸਪਿਟਲ ਤੋਂ ਆਏ ਆ ਨਾ ਅਤੇ ਉਹਨੇ ਸਮਝ ਵਰਤੀ ਆਪਣੀ, ਬਹੁਤੀ ਸਫਾਈ ਰੱਖਦੀ ਆ, ਇਹਨਾਂ ਦੀ ਆਦਤ ਉਹੀ ਹੋ ਰਹੀ ਹੈ। ਚਲੋ ਵਧੀਆ ਗੱਲ ਆ, ਅਤੇ ਆਪਾਂ ਬਣਾ ਲਈਏ ਫਿਰ ਹੁਣ। ਮੈਂ ਗੁਰਮੇਲ ਨੂੰ, ਤੁਸੀਂ ਮੰਮੀ ਲੰਮੇ ਪੈ ਜਾਓ, ਤੁਸੀਂ ਨਾ ਲਓ, ਠੀਕ ਆ। ਚਲੋ ਪੈ ਜਾਓ ਲੰਮੇ, ਆ ਜਾਓ। ਕੋਈ ਨਹੀਂ ਮੈਂ ਪੈ ਜਾਣਾ। ਜਿੱਦਾਂ ਇੱਧਰ ਆ, ਗੱਲ ਸੁਣ ਮੇਰੀ, ਕੱਲ ਨੂੰ ਵੱਡੇ ਆ ਤੇਰਾ, ਦੱਸ ਕੀ ਲਿਆਵਾਂ ਖਾਣ ਨੂੰ ਤੇਰੇ ਵਾਸਤੇ। ਖਾਣ ਨੂੰ ਕੀ ਲਿਆਉਣਾ ਵਾ, ਮੈਂ ਘਰੇ ਸਭ ਕੁਝ ਤੇ ਬਣਾ ਲੈਂਦੀ ਆ। ਬਹਿ ਜਾ, ਗੱਲ ਤਾਂ ਸੁਣ। ਨਹੀਂ ਫਿਰ ਵੀ ਦੱਸ, ਪੇਰਾਂ ਤੂੰ ਆਖੀ ਮੇਰਾ ਵੱਡੇ ਸੀ, ਤੇਰੇ ਕੋਲ ਲਿਆਂਦਾ ਨਹੀਂ ਹੈ। ਮੇਰੀ ਨਾ ਇੱਕ ਮਨ ਦੀ ਰੀਝ ਆ, ਤੁਸੀਂ ਗਿਫਟ ਰਹਿਣ ਹੀ ਦਿਓ, ਉਹ ਪੂਰੀ ਕਰ ਦਿਓ। ਦੱਸ ਕਿਹੜੀ ਰੀਝ ਆ ਤੇਰੀ? ਮੈਂ ਨਾ ਉਦੋਂ ਵੀ ਆਉਂਦੀ ਹਾਂ ਤੁਹਾਨੂੰ ਵੀ ਸੰਦੀਪ ਹੁਣਾਂ ਨੂੰ ਘਰ ਛੱਡਦੀ ਹੈ ਸਾਰਿਆਂ ਨੂੰ, ਅਤੇ ਉਦੋਂ ਜਦੋਂ ਨਵੇਂ ਨਵੇਂ ਉਹ ਸੁਲਾਹ ਹੋਈ ਸੀ ਉਹਨਾਂ ਦੀ, ਅਤੇ ਫਿਰ ਮਾਸੀ ਜੀ ਬਿਮਾਰ ਹੋ ਗਏ ਅਤੇ ਫਿਰ ਤਾਂ ਨਹੀਂ ਸੱਦਿਆ ਗਿਆ। ਅਤੇ ਹੁਣ ਮੈਂ ਚਾਹੁੰਦੀ ਹਾਂ ਵੀ ਕੱਲ੍ਹ ਨੂੰ ਵੱਡੇ ਆ ਅਤੇ ਬਹਾਨੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਸੱਦ ਲਈਏ, ਨਾਲੇ ਵਿੱਕੀ ਭਾਅ ਜੀ ਹੁਣਾਂ ਨੂੰ ਵੀ, ਅਤੇ ਨਾਲੇ ਸੰਦੀਪ ਦੀਦੀ ਹੁਣ ਸਾਰੇ ਆ ਜਾਣਗੇ ਨਾ, ਅਤੇ ਨਾਲ ਰੌਣਕ ਲੱਗ ਜੂਗੀ, ਅਤੇ ਇੱਕ ਚਲੋ ਤਾਂ ਤੇਰੀ ਠੀਕ ਆ ਨਾ। ਤੂੰ ਪੁੱਛ ਲਾ ਸੰਦੀਪ ਨੂੰ ਫੋਨ ਕਰਕੇ ਜੇ ਮੰਨਦੇ ਆ ਉਹ, ਤਾਂ ਨਾਲੇ ਵਿੱਕੀ ਭਾਅ ਜੀ ਹੁਣੀ ਆਣਗੇ ਅਤੇ ਨਾਲੇ ਉਹ ਸੰਦੀਪ ਨੂੰ ਆਏਗੀ। ਆਹੋ ਚੱਲ ਬਹਾਨਾ ਹੀ ਹੁੰਦਾ ਵਾ, ਉੱਦਾਂ ਫਿਰ ਉਹਨਾਂ ਨੇ ਆਖਣਾ ਸਾਨੂੰ ਆਹ ਕੰਮ ਇੱਦਾਂ, ਚੱਲ ਬਹਾਨੇ ਨਾਲ ਬਹਾਨੇ ਨਾਲ ਤੇਰਾ ਜਨਮਦਿਨ ਮਨਾਇਆ ਜਾਊਗਾ, ਨਾਲੇ ਉਹਨਾਂ ਨੂੰ ਮਿਲ ਲਾਂਗੇ। ਆਹ ਤੇ ਇਹ ਤੋਂ ਵੱਡਾ ਹੋਰ ਗਿਫਟ ਕੀ ਹੋ ਸਕਦਾ ਮੇਰੇ ਲਈ? ਗੱਲ ਤੇਰੀ ਠੀਕ ਹੈ, ਦਿਮਾਗ ਤੇਰਾ ਕੰਮ ਕਰਦਾ ਉੱਦਾਂ। ਲੈ ਲਾਓ ਫੋਨ ਫਿਰ। ਵੀਰ ਦਾ ਫੋਨ। ਹੈਲੋ ਭਾਬੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਆ? ਵਧੀਆ, ਠੀਕ ਠਾਕ, ਤੁਸੀਂ ਸੁਣਾਓ? ਅਤੇ ਨਾ ਮੈਂ ਨਾ ਗੱਲ ਕਰਨੀ ਸੀ ਵੀ ਨਾ ਅਸੀਂ ਨਾ ਪਾਰਟੀ ਰੱਖੀ ਆ, ਮੇਰਾ ਬਰਥਡੇ ਆ ਕੱਲ੍ਹ। ਲੈ ਮੈਨੂੰ ਚੇਤਾ ਭੁੱਲ ਸਕਦਾ ਵਾ, ਮੇਰੀ ਭਾਬੀ ਦਾ ਬਰਥਡੇ ਆ, ਵੱਖਰੀ ਗੱਲ ਆ ਕਿ ਤੁਸੀਂ ਨਹੀਂ ਮਨਾਉਂਦੇ, ਪਰ ਮੈਨੂੰ ਤਾਂ ਯਾਦ ਆ। ਨਾਲੇ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ, ਠੀਕ ਆ? ਅੱਛਾ, ਅਤੇ ਉਹ ਮੈਂ ਸੋਚਣ ਡੀ ਹਾਂ ਵੀ ਚੱਲ ਸਾਰੇ ਜਣਿਆਂ ਨੂੰ ਸੱਦ ਲਈਏ ਅਤੇ ਨਾਲੇ ਰੌਣਕ ਮੇਲਾ ਘੜੀ ਹੋ ਜਾਏਗਾ, ਚੱਲ ਇਸੇ ਬਹਾਨੇ ਤੁਸੀਂ ਵੀ ਸਾਰੇ ਜਣੇ ਆ ਜਾਓਗੇ,
ਉਦੋਂ ਦਾ ਹੈ ਨਾ ਹੋਇਆ ਹੀ ਨਹੀਂ ਗਿਆ ਇਕੱਠੇ ਸਾਰਿਆਂ ਕੋਲ। ਲੈ ਤਕੜਾ ਹੀ ਕੰਮ ਆ ਫਿਰ ਹੈਂ। ਲੈ ਮੇਰੀ ਭਾਬੀ ਸੱਦੇ ਅਤੇ ਅਸੀਂ ਆਈਏ ਨਾ ਭਲਾ। ਕੋਈ ਗੱਲ ਨਹੀਂ ਆ ਜਾਵਾਂਗੇ। ਸਹੀ ਗੱਲ ਆ ਭਾਬੀ, ਇੰਨਾ ਟਾਈਮ ਹੋ ਗਿਆ ਕਦੀ ਸਾਰੇ ਜਾਣੇ ਆਪਾਂ ਇਕੱਠੇ ਇੱਦਾਂ ਰਾਜੀ ਖੁਸ਼ੀ ਰਹੇ ਹੀ ਨਹੀਂ। ਅਤੇ ਇਹੋ ਹੀ ਅਸੀਂ ਸਲਾਹ ਕਰਨ ਦੇ ਹਾਂ ਵੀ ਤੁਸੀਂ ਨਾ ਫੋਨ ਕਰ ਦਿਓ ਵਿੱਕੀ ਭਾਅ ਜੀ ਉਹਨਾਂ ਨੂੰ ਵੀ, ਪ੍ਰੀਤੀ ਵੀ ਆ ਜਾਏਗੀ, ਅਤੇ ਸਾਰੇ ਜਣੇ ਆ ਜਾਇਓ। ਕੱਲ੍ਹ ਦਾ ਦਿਨ ਵਾ ਅਤੇ ਕੱਲ੍ਹ ਸਾਰੇ ਜਣੇ ਆ ਜਾਇਓ। ਪ੍ਰੀਤੀ ਉਹਨਾਂ ਨੂੰ? ਕੋਈ ਨਹੀਂ, ਮੈਂ ਉਹਨਾਂ ਨੂੰ ਵੀ ਫੋਨ ਕਰਕੇ ਕਹਿ ਦਿੰਦੀ ਹਾਂ। ਕੋਈ ਬਹਾਨਾ ਨਾ ਲਾ ਦੇਣਾ ਆਉਣ ਦੇ ਮਾਰੇ, ਬਾਕੀ ਨਹੀਂ ਵੈਸੇ ਤਾਂ ਆ ਵੀ ਸਕਦੇ ਆ। ਨਹੀਂ ਬਹਾਨਾ ਬਹੁਨਾ ਕੋਈ ਨਹੀਂ ਚੱਲਣਾ, ਅਤੇ ਬਸ ਸਾਰਿਆਂ ਨੇ ਆਉਣਾ ਵਾ, ਉਹਨਾਂ ਨੂੰ ਵੀ ਦੱਸ ਦਿਓ। ਨਹੀਂ ਨਹੀਂ ਕੋਈ ਨਹੀਂ, ਚਲੋ ਠੀਕ ਆ ਫਿਰ ਕੱਲ੍ਹ ਦਾ। ਅੱਛਾ ਰਾਤ ਦਾ ਵਾ, ਠੀਕ ਆ ਠੀਕ ਆ, ਰੌਣਕ ਮੇਲਾ ਖੂਬ ਲੱਗੂਗਾ ਫਿਰ, ਆਪਾਂ ਸਾਰਿਆਂ ਨੇ ਰਾਤ ਰਹਿਣਾ ਵਾ, ਅਰੇਂਜਮੈਂਟ ਹੋ ਜੂਗੀ ਨਾ। ਨਹੀਂ ਉਹ ਤਾਂ ਮੈਨੂੰ ਆਪਣੀ ਭਾਬੀ 'ਤੇ ਪੂਰਾ ਯਕੀਨ ਆ। ਵੇਖ ਵੀਰ ਜੀ ਦਾ ਮਗਰ ਕਿੱਦਾਂ ਜ਼ੋਰ ਲੱਗਣ ਡਿਆ ਹੈ ਨਾ। ਕੋਈ ਨਹੀਂ ਫਿਰ ਮੈਂ ਕਰਦੀ ਹਾਂ ਗੱਲ ਮੰਮੀ ਹੁਣਾਂ ਨਾ, ਹੁਣ ਤਾਂ ਮੰਮੀ ਕਾਫੀ ਠੀਕ ਆ, ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਆ। ਬਾਕੀ ਥੋੜ੍ਹਾ ਜਿਹਾ ਖਾਣ ਪੀਣ ਦਾ ਪਰਹੇਜ਼ ਆ, ਅਤੇ ਕੋਈ ਨਹੀਂ ਉਹ ਆਪਾਂ ਰੱਖ ਲਾਂਗੇ। ਹਾਂ ਹਾਂ ਠੀਕ ਆ, ਚਲੋ ਕੋਈ ਨਹੀਂ ਮੈਂ ਗੱਲ ਕਰਕੇ ਨਾ ਫਿਰ ਤੁਹਾਨੂੰ ਦੱਸਦੀ ਹਾਂ, ਠੀਕ ਆ। ਚੰਗਾ ਚੱਲ ਠੀਕ ਆ। ਹਾਂ ਜੀ ਠੀਕ ਆ, ਉਹ ਤਾਂ ਖੁਸ਼ ਹੀ ਬੜਾ ਹੋ ਗਈ ਆ, ਪੇਕੇ ਜਾਣ ਦਾ ਚਾਅ ਚੜ੍ਹ ਜਾਣਾ। ਨਾਲੇ ਉਹਦਾ ਵੀ ਤਾਂ ਜੀ ਕਰਦਾ ਹੀ ਹੋਣਾ ਨਾ, ਉਦੋਂ ਦਾ ਨਾ ਸਾਰੇ ਜਣੇ ਇਕੱਠੇ ਨਹੀਂ ਹੋਏ ਅਸੀਂ, ਅਤੇ ਚਲੋ ਇਸੇ ਬਹਾਨੇ ਸਾਰੇ ਜਣੇ ਰੌਣਕ ਮੇਲਾ ਹੋ ਜਾਏਗਾ ਘੜੀ। ਹਾਂ ਅਤੇ ਉਹਨੂੰ ਵੀ ਤਾਂ ਚਾਅ ਹੁੰਦਾ ਜਿਹੜਾ ਪੇਕੇ ਆਉਣ ਦਾ, ਚੱਲ ਨਾਲ ਉਹ ਵੀ ਆ ਜਾਣਗੇ ਘੜੀ, ਨਾਲੇ ਰੌਣਕ ਮੇਲਾ ਘੜੀ ਦੀ ਘੜੀ ਹੋ ਜਾਏਗਾ। ਚਲੋ ਬਾਬੂ ਕਿੱਦਾਂ? ਇੰਨਾ ਸਵਾਦ ਸੀ ਨਾ ਸਾਰਾ ਕੁਛ,
ਖਾ ਕੇ ਤੇ ਹੁਣ ਰੱਜ ਹੀ ਗਏ ਆ, ਬੈਠਾ ਵੀ ਨਹੀਂ ਜੇ ਜਾਣ ਲਿਆ। ਚੱਲ ਕੋਈ ਨੀ, ਆ ਦੋ ਚਾਰ ਵਾਰੀ ਪੌੜੀਆਂ ਚੜ੍ਹਦੇ ਆ ਤਾਂ ਆਪੇ ਸਭ ਕੁਝ ਠਾਂ ਹੋ ਜਾਣਾ ਵਾ। ਪੌੜੀਆਂ ਕਾਹਤੋਂ ਚੜ੍ਹਨਾ ਵਾ, ਉਹ ਵੀ ਤੇ ਗਈ ਆ ਇੱਧਰ ਟੈਂਕੀ ਵੱਲ ਨੂੰ ਤੇ ਆਪਾਂ ਵੀ ਚੱਲ ਜਾਈਏ ਮਗਰੇ ਸਗੋਂ। ਹਾਂ ਉਹਨਾਂ ਨੇ ਬਾਬਾ ਤੁਰ ਫਿਰ ਕੇ ਪਹੁੰਚਾ ਲੈਣਾ, ਵਾਕਿਆ ਸਹੀ ਗੱਲ ਆ ਹਨਾ। ਜਾਂਦੇ ਸੈਰ ਕਰਕੇ ਆਉਂਦੇ ਆ, ਮੰਮੀ ਨੇ ਤਾਂ ਜਾਣਾ ਨੀ, ਮੰਮੀ ਘਰ ਰਹਿ ਲੈਣਗੀਆਂ, ਮੰਮੀ ਤੁਸੀਂ ਵਿਹੜੇ 'ਚ ਹੀ ਸੈਰ ਕਰ ਲਿਓ। ਹੈਂ ਨੇਰੇ ਨਾ ਜਾਇਓ, ਕੀ ਪਤਾ ਉਹ ਕਿੱਧਰ ਨੂੰ ਗਏ, ਟੈਂਕੀ ਵੱਲ ਨੂੰ ਗਏ ਆ ਕਿ ਜਾਂ ਦੂਜੇ ਪਾਸੇ ਨੂੰ ਗਏ ਆ। ਹਾਂ ਨਹੀਂ ਚੱਲ, ਆਪਣੇ ਹੀ ਇੱਥੇ ਵਿਹੜੇ 'ਚ ਘੁੰਮ ਲੈਂਦੇ, ਬਥੇਰਾ ਵਿਹੜਾ ਵੱਡਾ ਹੈ, ਹੋਰ ਕਿੱਥੇ ਘੁੰਮ ਫਿਰ ਲੈਂਦੇ, ਘੁੰਮ ਲਿਓ ਸੀਗੇ, ਬਾਹਰ ਨਹੀਂ ਜਾਈਦਾ ਹੈ ਵੇਲੇ। ਅਤੇ ਮਾਸੀ ਜੀ ਤੁਸੀਂ ਕਿੰਨੇ ਚਿਰ ਹੋ ਗਏ ਆਪਰੇਸ਼ਨ ਹੋਏ ਨੂੰ, ਤਾਂ ਅਜੇ ਵੀ ਐਨਕਾਂ ਲਾ ਛੜੀਆਂ? ਮੰਮੀ ਨੇ ਤਾਂ ਲਾ ਕੇ ਹੀ ਆਉਣਾ ਸੀ, ਅਤੇ ਮੈਂ ਹੀ ਫਿਰ ਮੰਮੀ ਨੇ ਕਹਿਤਾ ਮੰਮੀ ਕੋਈ ਨਹੀਂ ਤੁਸੀਂ ਪਰਹੇਜ਼ ਕਰ ਲਓ, ਹਾਲੇ ਹੋਰ ਥੋੜ੍ਹੇ ਕੁ ਦਿਨ, ਜਿੰਨਾ ਪਰਹੇਜ਼ ਕਰਾਂਗੇ ਓਨਾ ਹੀ ਚੰਗਾ ਆ। ਆਹੋ ਚੱਲ ਇਹ ਵੀ ਘੱਟੇ ਘੁੱਟੇ ਦਾ ਬਚਾਅ ਹੋ ਜਾਂਦਾ ਹੈ। ਇਹਨਾਂ ਨੂੰ ਚੱਕਾ ਜ ਲੱਗਣ ਦਿਆ ਸੀ, ਕਹਿੰਦੇ ਮੈਂ ਇੱਧੇ ਜਾਵਾਂ, ਮੈਂ ਫਿਰ ਕੀ ਆ। ਨਹੀਂ ਨਹੀਂ ਕੋਈ ਗੱਲ ਨਹੀਂ, ਲੰਜ ਪਵਾਇਆ ਨਾ। ਹਾਂ ਉਹਦਾ ਕਰਕੇ ਵੀ ਚੱਲ ਜਿੰਨਾ ਚਿਰ ਰਹਿ ਜਾਏਗਾ। ਆਹੋ ਚੱਲ ਵਧੀਆ ਗੱਲ ਹੈ, ਘੱਟਾ ਵੀ ਨਹੀਂ ਪੈਂਦਾ, ਨਾਲੇ ਫਿਰ ਇਹ ਜਿੰਨੀ ਸੰਭਾਲ ਆਪ ਹੀ ਕਰ ਲਾਂਗੇ ਉਹ ਹੀ ਚੰਗੀ ਹੈ। ਇਹ ਤਾਂ ਹੈ। ਫਿਰ ਮਾਸੀ ਜੀ ਕਿੱਦਾਂ ਦਾ ਲੱਗਾ ਤੁਹਾਨੂੰ ਇੱਥੇ ਆਣ ਕੇ? ਹੈ ਹੁਣ ਬਹੁਤ ਹੀ ਸੋਹਣਾ ਲੱਗਦਾ, ਲੱਗਾ ਧੀਏ ਬੜਾ ਹੀ ਵਧੀਆ ਮੈਨੂੰ ਲੱਗਾ ਵਾ, ਕਿੱਦਾਂ ਰੌਣਕ ਲੱਗੀ ਆ, ਅਤੇ ਮੈਨੂੰ ਹੁਣ ਪਛਤਾਵਾ ਤਾਂ ਬਥੇਰਾ ਵਾ। ਆਪਣੇ ਵੀਰ ਨੂੰ ਗਿਫਟ ਆ, ਇਹ ਕੀ ਜ਼ਰੂਰਤ ਸੀ ਦੱਸ, ਗਿਫਟ ਦੀ ਕੀ ਲੋੜ ਸੀ? ਲੈ ਦੱਸ, ਤੁਸੀਂ ਕਿਹੜਾ ਬਹੁਤਾ ਜ਼ਿਆਦਾ ਲੈ ਕੇ ਆਏ ਆ, ਮੈਨੂੰ ਚੰਗਾ ਲੱਗਾ ਤੇ ਮੈਂ ਲੈ ਆਈ, ਤਾਂ ਖੋਲੂ ਹਾਂ। ਇੱਦਾਂ ਸੋਹਣਾ ਤੁਸੀਂ ਸਾਰੇ ਜਣੇ ਰਲ ਮਿਲ ਕੇ ਆਏ ਹੋ, ਇਹ ਗਿਫਟ ਥੋੜਾ ਹੈ ਕਿਤੇ? ਤੁਸੀਂ ਤੇ ਹਰ ਰੋਜ਼ ਦੇਣਾ ਧੀ ਆਪਣੀ ਨੂੰ, ਤੇ ਅਸੀਂ ਤੇ ਕਿਤੇ ਬਹਾਨੇ ਨਾਲ ਹੀ ਆ ਨਾ। ਚਲੋ ਕੋਈ ਨਹੀਂ, ਤੁਸੀਂ ਇੱਦਾਂ ਹੀ ਬਸ ਪਿਆਰ ਕਰਦੇ ਰਹੋ ਇੱਕ ਦੂਜੇ ਨਾਲ, ਤੇ ਸਾਰੇ ਜਣੇ ਦੇ ਇਹੋ ਸਭ ਤੋਂ ਵੱਡਾ ਗਿਫਟ ਹੁੰਦਾ ਹੈ। ਕੀ ਲੈਂਦਾ ਵਾ? ਇੰਨਾ ਸਮਾਨ ਲੈ ਆਂਦਾ ਜੇ ਤੁਸੀਂ? ਵਾਹ ਕਿੰਨੀਆਂ ਸੋਹਣੀਆਂ ਵਾ, ਕਿੰਨੀਆਂ ਚਮਕਣਗੀਆਂ ਜੇ। ਆਹ ਤੇ ਮੈਂ ਆਪਣੀ ਪਸੰਦ ਦੇ ਤੁਹਾਨੂੰ ਲੈ ਕੇ ਆਈ ਆ ਵਾਲੀਆਂ। ਆਹ ਸਾਈਲੈਂਟ ਕੀ ਨਹੀਂ ਰੱਖਿਓ, ਚੰਗਾ ਕੰਨਾਂ 'ਚ ਪਾਉਣ ਡਈ ਆ। ਸੋਹਣੀ ਬਾਬੀ, ਹਾਂ ਬਹੁਤ ਸੋਹਣੀ ਆ, ਪਾਉਂਦੀ ਆ ਪੂਰੀਆਂ, ਬਹੁਤ ਸੋਹਣੀਆਂ। ਇੰਨਾ ਕੁਛ ਲਿਆਉਂਦੀ ਕੀ ਲੋੜ ਸੀ ਦੱਸ? ਰਿਤਿਆ ਲੈ ਕੇ ਤੂੰ ਆਈ, ਆ ਵੀ ਪੂਰਾ ਵਾ, ਆ ਵੀ ਪੂਰੀਆਂ ਵਾ। ਪੈਣੀ ਤੂੰ ਪਾ ਦੇ ਬਾਬੀ, ਤੁਸੀਂ ਪਵਾ ਲਓ ਪ੍ਰੀਤੀ ਕੋਲ, ਬਹੁਤ ਸੋਹਣੀ ਆ। ਆਹ ਗਿਫਟ ਮੇਰੇ ਵੀਰ ਲਈ ਆ। ਠੀਕ ਆ ਜੀ, ਤੇ ਫਿਰ ਵੀਰ ਲਈ ਆ ਤੇ ਵੀਰ ਨੂੰ ਡੀਕੋ ਨਾ, ਵੀਰ ਨੂੰ ਦਿਓ, ਉਹ ਖੋਲਣਗੇ। ਵਾਲੀਆਂ ਚੂੜੀਆਂ ਕੋ ਲਾਈਆਂ ਹੁਣ, ਆ ਪਾ ਕੇ ਵੇਖ ਲਾ ਲੈਨੇ ਨਾ।
ਮੈਂ ਵੀ ਸੋਹਣੀ ਹਾਂ। ਵੇਲੋ ਵੀਰ ਜੀ ਨੂੰ ਯਾਰ ਕਰਨ ਦੇ ਨਾ, ਵੀਰ ਜੀ ਆ ਹੀ ਗਏ ਨਾ। ਚਲੋ ਕਿੱਥੇ ਗਏ ਮੇਰਾ ਵੀਰ? ਇੱਧਰ ਵੇਖੋ, ਮੈਂ ਆਪਣੇ ਭਰਾ ਲਈ ਮੈਂ ਕਿਹਾ ਗਿਫਟ ਲੈ ਕੇ ਆਈ ਆ, ਹੁਣ ਤੁਸੀਂ ਖੋਲੋ। ਇਹਦੀ ਕੀ ਲੋੜ ਹੀ? ਓ ਵੇਖੋ ਤੇ ਸਹੀ, ਆ ਮੈਂ ਤੇ ਆਪਣਾ ਗਿਫਟ ਖੋਲ ਲਿਆ ਵਾ। ਆ ਵੇਖੋ, ਵੇਖਿਆ ਜੇ? ਬਹੁਤ ਬਹੁਤ ਵਾ। ਆ ਵੇ ਆ ਵੇ ਕਿੰਨਾ ਕੁਝ ਲੈ ਆਂਦਾ ਇਹਨਾਂ ਨੇ, ਬਾੜੀ ਪੱਕਾ ਕੰਨੀ ਪਾਈਆਂ। ਮੈਨੂੰ ਲੱਗਦਾ ਬੜੀਆਂ। ਸੋਹਣਾ ਚਲੋ।